ਦਾੜੀ ਮੁੱਲ ਪਾਉਂਦਾ ਹੈ ਉਹਦਾ ਦਵਾਈਂਦਾ। ਅੱਛਾ ਇੱਕ ਬੰਦੇ ਨਾਲ ਇੱਕ ਬੰਦੇ ਕੋਲ ਸਲਾਹ ਲਈ ਬਈ ਯਾਰ ਮੈਂ ਨਾ ਇੱਕ ਬੰਦੇ ਨਾਲ ਦੋਸਤੀ ਕਰਨਾ ਚਾਹੁੰਦਾ ਤੇ ਤੂੰ ਮੈਨੂੰ ਮਸ਼ਵਰਾ ਦੇ ਕਿ ਮੈਂ ਉਸ ਨਾਲ ਦੋਸਤੀ ਕਰ ਲਵਾਂ ਜਾਂ ਨਹੀਂ। ਅੱਛਾ ਉਸ ਕਰਕੇ ਮੈਂ ਦੋ ਚਾਰ ਚੀਜ਼ਾਂ ਪੁੱਛਣੀਆਂ ਜੇ ਉਹਦੇ ਵਿੱਚ ਹੋਈਆਂ ਤਾਂ ਮੁੜ ਤੈਨੂੰ ਮਸ਼ਵਰਾ ਦੇ ਸਕਾਂ, ਉਹਦੇ 'ਚ ਹੋਈਆਂ ਤਾਂ ਮੁੜ ਮੈਂ ਤੈਨੂੰ ਮਸ਼ਵਰਾ ਦੇ ਸਕਾਂ। ਹੋ ਸਕਦਾ ਤੂੰ ਜਿਹੜੇ ਬੰਦੇ ਨੂੰ ਦੋਸਤ ਬਣਾਉਂਦਾ ਮਿਠਾਸ ਲਹਿਜੇ ਦੀ ਪਰਖਣ ਪਾਰੂ ਕੋਈ ਤਦ ਜੁਮਲਾ ਵੀ ਬੋਲ ਦਿੱਤਾਈ ਉਹ ਮਾਠੀ ਵਰਗਾ ਜਾਂ ਕੌੜਾ ਸਾਰੇ ਅੱਖ ਪਾਣੀ ਬੋਲ ਦਿੱਤਾਈ ਅਜ਼ੀਮ ਕਰ ਹੈ ਜੇ ਰੁੱਠਾ ਵਧਾਈ ਤਾਂ ਬਣ ਕੇ ਮਨਾਵਣ ਦੀ ਕਰ ਬੰਦਾ ਚੋਣ ਹੀ ਬੇਲੀ ਬਣਾਵਣ। ਮੇਰੇ ਖਿਆਲ ਬੜਾ ਹੋ ਗਿਆ ਚਲੋ 10 ਮਿੰਟ ਲਾ ਭਾਈ ਆਰਾਮ ਚਲੋ ਠੀਕ ਕਰੋਨਾ ਵਾਇਰਸ ਬਾਅਦ ਮੈਂ ਪਹਿਲੀ ਵਾਰੀ ਤੁਹਾਡੇ ਹੱਥੀ ਲੱਗਾ ਨਾ ਬੰਦੇ ਦੋ ਵੀ ਰਲ ਕੇ ਤੁਰ ਨਹੀਂ ਸਕਦੇ ਕਰ ਵੱਖਰੇ ਰਾਹ ਨਹੀਂ ਛੋੜੇ ਬੰਦੇ ਦੋ ਵੀ ਰਲ ਕੇ ਤੁਰ ਨਹੀਂ ਸਕਦੇ ਕਰ ਵੱਖਰੇ ਰਾਹ ਨਹੀਂ ਛੋੜੇ ਔਰ ਜਿਹੜੇ ਕੱਲ੍ਹ ਤਾਈ ਗੁਰ ਜਨ ਦੁਨੀਆਂ ਦੇ ਹਿੱਕੇ ਵਾਇਰਸ ਰਾਹ ਨਹੀਂ ਛੋੜੇ। ਮਾਹੌਲ ਗਰਮ ਰੱਖੋ ਜੇ ਸੁਣਨਾ ਤੁਸੀਂ ਕਾਸਿਮ ਕਾਲਵਾਨ ਸਾਹਿਬ ਨੂੰ ਮਾਹੌਲ ਗਰਮ ਰੱਖੋ। ਨਹੀਂ ਮਾਹੌਲ ਗਰਮ ਹੀ ਹੈ ਇਨਸ਼ਾਅੱਲਾ ਕੋਈ ਨਹੀਂ ਆਪਾਂ ਠਰਾਂ ਨਹੀਂ ਦਿੰਦੇ ਇਹ ਭਾਈ ਔਰ ਆਖਿਆ ਪੱਕੀ ਵਾਸਾਂ ਦੀ ਬੜੀ ਪੁਰਖੀ ਨਜ਼ਮ ਹੈ ਇਸ ਕੱਟ ਕੇ ਫਰਮਾਇਸ਼ ਮਾਰੀ ਹੈ ਸਾਡੀ ਪੱਕੀ ਵਾਸਾਂ ਦੀ ਨਜ਼ਮ ਹੋਣੀ ਚਾਹੀਦੀ। ਤਾੜੀ ਮਾਰੋ ਜਿਹੜੇ ਸੁਣਨਾ ਚਾਹੁੰਦੇ ਹੋ ਭਾਈ ਸਰਫਰਾ ਸ਼ਾਇਦ ਤੂੰ ਸੁਣੀ ਹੋਈ ਕੋਈ ਨਹੀਂ ਹੋਇਆ ਇਸ ਤਰ੍ਹਾਂ ਵੀ ਹਿੱਤ ਚੱਕ ਦੇਣਾ ਹੈ ਮਸ਼ਰਕ ਵਾਲੇ ਪਾਸੇ ਪੱਕੀ ਵਾਸਾਂ ਪੱਕੀਆਂ ਲਾਈਆਂ ਮੇਰੀ ਗੱਲ ਨੂੰ ਬੜੀ ਤਵੱਜੋ ਨਾਲ ਸੁਣਨਾ ਮੇਰਾ ਪੁੱਤਰ ਹੈਲੋ ਅੱਛਾ ਉਹਨਾਂ ਪੱਕੀਆਂ ਲਾਈਆਂ ਉਹਨਾਂ ਪੱਕੀਆਂ ਵਾਲਿਆਂ ਦੇ ਵਿੱਚ ਨਾ ਇੱਕ ਲੜਕਾ ਬੜਾ ਖੂਬਸੂਰਤ ਹੋਇਆ ਬਿਲਕੁਲ ਇੱਕ ਨਵਾਂ ਮੋੜ ਹੈ ਕੋਈ ਅਕਸਰ ਅੱਜ ਤੱਕ ਇਸ ਗੱਲ ਦੇ ਉੱਤੇ ਸ਼ਾਇਦ ਕਿਸੇ ਨਹੀਂ ਲਿਖਿਆ ਲੜਕਾ ਖੂਬਸੂਰਤ ਹੋਵੇ ਹੁਣ ਕਰੇ ਕਿ ਖੂਬਸੂਰਤੀ ਆਪਣੀ ਜਾਤ ਹੈ ਨਸੀਬ ਔਰ ਮੁਕੱਦਰ ਆਪਣੀ ਜਾਤ ਹੈ ਉਹ ਦੂਏ ਸਾਰੇ ਖੈਰਾਤ ਮੰਗਦੇ ਹਨ ਉਹ ਵੀ ਪੈਸਾ ਚਾਹ ਕੇ ਪਿੰਨੇ ਇੱਕ ਅਮੀਰ ਤਰੀਨ ਬੰਦੇ ਦੇ ਦੂਏ ਕੋਈ ਸਦਾ ਦਿੱਤੀ ਨਾ ਇੱਕ ਅਧਰੂ ਲੜਕੀ ਖੈਰਾਤ ਦੇਵਣ ਵਾਸਤੇ ਨਿਕਲੀ ਜਿਸ ਲੋਕ ਲੜਕੇ ਨੂੰ ਵੇਖੋ ਸਕੇ ਕਮਾਲ ਇਹ ਤਾਂ ਪਿੰਨਣ ਵਾਲਾ ਲੜਕਾ ਹੀ ਨਹੀਂ ਇਤਨਾ ਖੂਬਸੂਰਤ ਲੜਕਾ ਉਹਨੂੰ ਆਦੀ ਕੌਣ ਹੋ ਤੂੰ ਆਇਆ ਕਿ ਤੂੰ ਹੈ ਉਸ ਦਾ ਕਿਹਾ ਹੈ ਸਾਡੀਆਂ ਪੱਕੀਆਂ ਤੇ ਕਹਿੰਦਾ ਕੀ ਉਸ ਦੀ ਪਿੰਨਤਾ ਅੱਛਾ ਉਹਨੂੰ ਗੱਲ ਕੋਈ ਨਾ ਉਸ ਉਹਨੂੰ ਖੈਰਾਤ ਦੇ ਕੇ ਇੱਕ ਗੱਲ ਕੀਤੀ ਵੀ ਜਿੱਦਾਂ ਵੀ ਪਿੰਨਣਾ ਮੈਨੂੰ ਸਾਥਰੂ ਜ਼ਰੂਰ ਪਿੰਨਣ ਗੱਲ ਇਹ ਗੱਲ ਵੀ ਦੌੜੇ ਰੱਖੀ ਆਈ ਜਿੱਦਾਂ ਵੀ ਪਿੰਨਣਾ ਮੈਂ ਸਾਧਰੂ ਖੈਰਾਤ ਜ਼ਰੂਰ ਹੁੰਦੀ ਆ ਕਿਉਂਕਿ ਪਹਿਲੀ ਨਜ਼ਰ ਪਿਆਰ ਤਾਂ ਬੰਦੇ ਨੂੰ ਹੋ ਜਾਂਦਾ ਅੱਛਾ ਉਹ ਆਵੇ ਖੈਰਾਤ ਲੈ ਕੇ ਹੱਥੇ ਬਾਰਾਂ ਦੋ ਚਾਰ ਦੇ ਦੂਸਰੇ ਉਹ ਨਾਰਾ ਸੱਦੀ ਉਸ ਨੂੰ ਆਪਣੇ ਮਹੱਲੇ ਨੌਕਰ ਰੱਖ ਲੈ ਅੱਛਾ ਸਹੀ ਮਹੱਲੇ 'ਚ ਨੌਕਰਾਂ ਦੇ ਵੀ ਦਿਮਾਗ ਖਰਾਬ ਹੋ ਜਾਂਦੇ ਉਹ ਜਦੋਂ ਮਹੱਲੇ 'ਚ ਰਹਿਣ ਲੱਗ ਗਿਆ ਐਵੇਂ ਫੁੱਲਾਂ ਨੂੰ ਗੋਡੀ ਕਰ ਛੱਡੇ ਤਿੱਤਲੀਆਂ ਉਡਾ ਜਾਂਦੇ ਹੋਰ ਉਸ ਕਿਹਾ ਕੰਮ ਉਸ ਨੂੰ ਰਹਿਣਾ ਉਹ ਹਿੱਕ ਦੇ ਦੋਸਤਾਂ ਨਾਲ ਨੱਕ ਤੂੰ ਸ਼ਰਾਬ ਪੀ ਕੇ ਆ ਗਿਆ ਜਿਸ ਉਹਦੇ ਕੋਲ ਟੱਪਿਆ ਨਾ ਤਾਂ ਉਸ ਅੱਗੇ ਤੇਰੇ ਮੂੰਹ 'ਚ ਸ਼ਰਾਬ ਦਾ ਮੁੱਖ ਸੁਣਦਾ ਉਸ ਅੱਗੇ ਤਾਂ ਮੁੜ ਕੇ ਹੋ ਗਿਆ
ਹੁਣ ਕੀ ਹੋ ਗਿਆ? ਸਾਡਾ ਨੌਕਰ ਉੱਧਰ ਨੂੰ ਗੱਲਾਂ ਕਰੇ ਨੇ ਬੈਠੇ ਨੇ, ਹੁਣ ਉਹ ਆਈ ਪੀ ਸੀ ਵਧਾ ਦੋ, ਸਾਡਾ ਨੌਕਰੀ ਕਾੜ ਕੇ ਇੱਥੇ ਸਾਡਾ ਕਿਹੜਾ ਰੋਲ ਆ? ਉਸ ਨੂੰ ਆਖਿਆ ਤੂੰ ਤਾਂ ਅੱਧਾ ਬਿਖਲਾਕ ਦਾ ਪੈਸਾ ਰਹੇ, ਚਲੋ ਮੇਰੀ ਗੁਸਤਾਖ ਜ਼ੁਬਾਨ ਸਹੀ ਤੂੰ ਤਾਂ ਮਕਬੂਲ ਆਖਾ, ਤੂੰ ਤਾਂ ਅੱਧਾ ਬਿਖਲਾਕ ਦਾ ਪੈਸਾ ਰਹੇ, ਚਲੋ ਮੇਰੀ ਗੁਸਤਾਖ ਜ਼ੁਬਾਨ ਸਹੀ, ਮੈਂ ਕਾਸਿਮ ਫਕਰ ਸ਼ਰਾਬੀ ਸਹੀ, ਤੂੰ ਦਾਨਿਸ਼ ਮੰਦ ਇਨਸਾਨ ਸਹੀ, ਪਰ ਐਡੀ ਕਾਵੇ ਨਾਲ ਨਾ ਛੁੜਵਾ, ਇੱਥੇ ਠੀਕ ਹੈ ਬਖਤ ਦੀ ਛਾਂ ਸਹੀ, ਮੈਂ ਵੀ ਜਬਰਨ ਪਿਆਰ ਦਾ ਆਦੀ ਨਹੀਂ, ਦਿਲ ਨੂੰ ਮੰਦਾ ਤਾਂ ਨਾ ਸਹੀ। ਵਾਹ ਜੀ ਵਾਹ ਭਾਈ ਕਾਸਿਮ ਸਾਹਿਬ, ਇਹ ਦੁਬਾਰਾ ਕਹਿੰਦਾ ਤੂੰ ਤਾਂ ਅੱਧਾ ਬਿਖਲਾਕ ਦਾ ਪੈਕਾ ਰਹੇ, ਚਲੋ ਮੇਰੀ ਗੁਸਤਾਖ ਜ਼ੁਬਾਨ ਸਹੀ, ਮੈਂ ਕਾਸਿਮ ਫਕਤ ਸ਼ਰਾਬੀ ਸਹੀ, ਤੂੰ ਦਾਨਿਸ਼ਮੰਦ ਇਨਸਾਨ ਸਹੀ, ਪਰ ਐਡੀ ਕਾਵੇ ਨਾਲ ਨਾ ਹੱਥ ਛੁੜਵਾ, ਇੱਥੇ ਠੀਕ ਹੈ ਬਖਤ ਦੀ ਛਾਂ ਸਹੀ, ਮੈਂ ਵੀ ਜਬਰਨ ਪਿਆਰ ਦਾ ਆਦੀ ਨਹੀਂ, ਦਿਲ ਨੂੰ ਮੰਦਾ ਤਾਂ ਦਿਲ ਨੂੰ ਮੰਦਾ ਤਾਂ ਨਾ ਸਹੀ, ਕਿਉਂਕਿ ਇਹ ਪਿਆਰ ਪਿਆਰ ਐਸੀ ਚੀਜ਼ ਹੈ ਨਾ ਮਾਰ ਜ਼ਫਰ, ਕਿ ਅੱਲਾ ਪਾਕ ਤੁਹਾਡਾ ਯਾਦ ਹੈ ਨਾ, ਮੁੜ ਮੈਂ ਤੁਹਾਡੀ ਨਜ਼ਮ ਸ਼ੁਰੂ ਕਰੇ ਨਾ, ਕਿ ਅੱਲਾ ਪਾਕ ਤੂੰ ਰੋਜ਼ ਦੁਆ ਮੰਗਣਾ, ਇਨਸ਼ਾਅੱਲਾ ਪਿਆਰ ਨਾ ਹੋਵੇ ਜਾਗਦਾ, ਇੱਕ ਰੇੜ ਤੇ ਵੇਤਰੀ ਦਿਸਦੀ ਏ ਜ਼ਿੰਦਗੀ ਦੇ ਕਾਸਿਮ ਡੱਗ ਤੇ, ਔਰ ਦਿਲ ਵਰਗੀ ਸ਼ਾਇ ਨੂੰ ਰੱਖਣਾ ਪਾਉਂਦਾ ਹੈ ਇਤਬਾਰ ਦੀ ਪਖਦੀ ਅੱਗ ਤੇ, ਹਰ ਸ਼ਾਮ ਲੁਟੀ ਕੇ ਘਰ ਹਟਣਾ, ਦਮੀ ਮੋੜ ਵਿੱਚ ਪਵਣਾ ਠਾਗ ਤੇ, ਹਰ ਸ਼ਾਮ ਲੁਟੀ ਕੇ ਘਰ ਹਟਣਾ, ਦਮੀ ਮੋੜ ਵਿੱਚ ਪਵਣਾ ਠਾਗ ਤੇ। ਅੱਛਾ, ਜਿਸ ਵੇਲੇ ਉਹ ਪੱਖੀਆਂ ਵਾਲਾ ਚੋਰ ਉਹਨੂੰ ਆਖਦਾ ਨਾ, ਉਹ ਸੋਨੂੰ ਆਖੇ ਚਾਲ ਚ ਨਿਕਲ ਗਿਆ, ਉਹ ਵੀ ਵੱਗ ਗਿਆ। ਅੱਛਾ, ਹੁਣ ਉਹਨੂੰ ਉਹਦੇ ਨਾਲ ਪਿਆਰ ਤਾਂ ਉਸ ਕਿਸੇ ਹੋਰ ਨੌਕਰ ਨੂੰ ਗਲਿਆ, ਵੀ ਯਾਰ ਉਹ ਵੇਖ ਲਓ ਤੇ ਵਧੇ ਜਾਂ ਵੱਗ ਹੈ ਬਾਹਰ ਕਿਧਰ, ਮਿਹਰਬਾਨੀ ਮਿਹਰਬਾਨੀ। ਅੱਛਾ, ਮੈਨੂੰ ਹੋਰ ਰੋਲ ਇਨਕਾਰ ਕਰੇ।